चंडीगढ़ विच यूटीए सीए T20 टूरनामेंट करा रहा जिस छे टीमों के लगभग जड़े आ भाग लै रही 90 खिलाड़ी जड़े आ खेल रहे हैं। एक पासे टूरनामेंट चल रहा, दूजे पासे जड़े यूटीसीए दे खिलाड़ी आ वह प्रदर्शन कर रहे हैं, विरोध कर रहे हैं। आपां उन्हां नाल गलबात करते हैं भी ये विरोध है क्यों। साडे नाल रणजी खिलाड़ी IPL खिलाड़ी साहुल कनवर जी हैं, उन्हां नाल गलबात कर। सर ये विरोध क्यों है? एक पासे मैच चल रहा, तुसीं विरोध कर रहे हो, तुसीं अच्छे खिलाड़ी हो, फिर ये विरोध क्यों कर रहे हो? सर एक्चुअली जिहड़ा एक की करते हैं कि इन्हां दा ना टूरनामेंट जिहड़ा कराते हैं यूटीसीए विच खेलण दा, इन्हां दा क्राइटीरिया होंदा है। उस से सब तो पहला फिटनेस टेस्ट नूं क्राइटीरिया देंदे हैं जी, ते उस तो बाद जो फिटनेस टेस्ट फेल होंदा ना ते उहनूं नहीं खिलांदे पूरे साल, क्योंकि लास्ट ईयर भी काफ़ी मुंडे इन्होंने कढ़े हैं। तो हुण इस साल इस जिहड़े कुछ मुंडे हैं जिहड़े फिटनेस टेस्ट फेल होए ने उह हाली लाइव टूरनामेंट खेल रहे हैं। असी फिटनेस टेस्ट भी पास ने, असी परफॉर्मेंस भी करते हैं, सानू इन्हां ने 90 मुंडे चो बाहर कढ़ता। इस तो पहला इन्होंने 3-day मैचेस कराए थे जी, ते वो मैचों में मैं 2 मैचों 212 रन बनाए मैं, ते टॉप परफॉर्मेंस की। उस तो बाद भी इन्होंने सानू इस टूरनामेंट तो बाहर कढ़ता। अच्छा, जेडे फिटनेस टेस्ट फेल हो गए वो केड़े-केड़े नाम है, उन्होंने नाम दसोंगे? मैं हाली नाम नहीं लेना चाहिए, तुम इन तो जाके पूछो कि केड़े मुंडे ने जो लाइव मैच खेल रहे हैं। फेल होने बाद गया भाई, फेल होने बाद उन्होंने बुलाया गया। क्यों बुलाया गया सर? सानू क्यों नहीं बुलाया लास्ट ईयर? असी फेल हो गए जी, साडा साल खराब होया, सानू तो नहीं बुलाया सर टेस्ट वास्ते। इस साल क्यों बुलाया सर 2 प्लेयरों? ਤੁਸੀਂ ਫੇਲ ਹੋਣ ਤੋਂ ਬਾਅਦ ਦੁਬਾਰਾ ਲਿੱਤਾ ਗਿਆ ਉਹਨਾਂ ਨੂੰ? ਤੁਸੀਂ ਫਿਟਨੈਸ ਟੈਸਟ ਪਾਸ ਕਰ ਲਿਆ, ਫਿਰ ਕੀ ਕਾਰਨ ਰਿਹਾ? ਜਦੋਂ ਤੁਸੀਂ ਪਾਸ ਹੀ ਕਰ ਲਿਆ, ਟੈਸਟ ਪਾਸ ਹੋ ਗਿਆ, ਫਿਰ ਕੀ ਵਜ੍ਹਾ ਰਹੀ ਕਿ ਤੁਹਾਨੂੰ T20 ਟੂਰਨਾਮੈਂਟ 'ਚ ਨਹੀਂ ਖਿਲਾਇਆ ਜਾ ਰਿਹਾ, ਜਦਕਿ ਤੁਸੀਂ ਤਾਂ IPL ਪਲੇਅਰ ਹੋ, ਰਣਜੀ ਪਲੇਅਰ ਹੋ, ਫਿਰ ਕਿਉਂ ਦਲੀਪ ਟਰੋਫੀ ਤੁਸੀਂ ਖੇਲ ਚੁੱਕੇ ਹੋ, ਫਿਰ ਇਹ ਹੈ ਕਿਉਂ ਵਿਤਰਾ ਹੋ ਰਿਹਾ? ਐਕਚੁਅਲੀ ਇਹਨਾਂ ਦੇ ਪਰਸਨਲ ਬੈਨੀਫਿਟਸ ਨੇ, ਸਿਲੈਕਟਰਸ ਦੇ ਜਿਹੜੇ ਓਪਰੇਸ਼ਨਲ ਮੈਨੇਜਰ ਨੇ, ਇਹਨਾਂ ਨੇ ਇੱਕ ਆਪਣੀ ਟੀਮ ਬਣਾਈ ਹੋਈ ਮਿਲ ਕੇ, ਠੀਕ ਹੈ, ਇਹ ਸਾਰਾ ਕੁਝ ਆਪਾਂ ਡਿਸਕਸ ਕਰਕੇ ਜਿਨ੍ਹਾਂ ਤੋਂ ਇਹਨਾਂ ਨੂੰ ਬੈਨੀਫਿਟ ਮਿਲਦਾ ਹੈ ਇਹ ਉਹਨੂੰ ਪ੍ਰਮੋਟ ਕਰਦੇ ਆ। ਹੁਣ ਕਿੰਨੇ ਸਾਰੇ ਮੁੰਡੇ ਇਦਾਂ ਦੇ ਨੇ ਜਿਹੜੇ ਲਾਸਟ ਈਅਰ ਸਟੇਟ ਵੀ ਪਰਫਾਰਮ ਨਹੀਂ ਕੀਤਾ, ਉਹਨਾਂ ਨੂੰ ਬਾਰ ਬਾਰ ਪ੍ਰਮੋਟ ਕਰਦੇ ਨੇ। ਮੈਂ ਲਾਸਟ ਈਅਰ T20 ਜਿਹੜਾ ਇਹਨਾਂ ਨੇ ਕੈਂਪ ਲਾਇਆ ਸਈਦ ਮੁਸਤਾਕ ਅਲੀ ਦਾ, ਉਸ ਮੈਂ ਹਾਈਐਸਟ ਪਰਫਾਰਮੈਂਸ ਸੀਗਾ, ਇਹਨਾਂ ਨੇ ਮੈਨੂੰ 20 ਮੁੰਡਿਆਂ ਚੋਂ ਬਾਹਰ ਕੱਢਤਾ। ਹੁਣ ਇਸ ਸਾਲ ਇਹਨਾਂ ਨੇ ਜਿਹੜੇ 90 ਮੁੰਡੇ ਕੱਢੇ ਉਸ ਤੋਂ ਬਾਹਰ ਕੱਢਤਾ, ਇਹ ਕਿ ਸਰਿਆਮ ਕਰਪਸ਼ਨ ਨਹੀਂ ਹੈ? ਨਹੀਂ, ਫਿਰ ਵਾਏ ਸੋਨੂੰ ਹੀ ਬਾਰ-ਬਾਰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਕਿਉਂਕਿ ਜਿਹੜੇ ਇਹ ਕਰਦੇ ਆ ਜਿਹੜੇ ਇਹਨਾਂ ਦੇ ਮੇਨ ਪਲੇਅਰਸ ਨੇ, ਕਿਉਂਕਿ ਮੈਂ ਵੀ ਮੇਨ ਪਲੇਅਰ ਆ, ਠੀਕ ਹੈ, ਮੈਂ ਵੀ ਸਭ ਕੁਝ ਖੇਲ ਚੁੱਕਿਆ। ਜੇ ਮੈਂ ਪਰਫਾਰਮ ਕਰਾਂਗਾ ਇਹਨਾਂ ਦੇ ਮੇਨ ਮੁੰਡੇ ਬਾਹਰ ਹੋ ਜਾਣਗੇ, ਜਿਨ੍ਹਾਂ ਤੋਂ ਇਹਨਾਂ ਨੂੰ ਪਰਸਨਲ ਬੈਨੀਫਿਟ ਮਿਲਦਾ ਹੈ। ਇਹ ਵੀ ਪਰਫਾਰਮ ਕਰਦਾ ਹੈ ਮੁੰਡਾ, ਇਹਨੂੰ ਵੀ ਬਾਹਰ ਕੱਢ ਦਿੰਦੇ ਆ ਹਰ ਵਾਰ। ਜਿਨ੍ਹਾਂ ਨੂੰ ਇਹ ਪਰਸਨਲ, ਜਿਨ੍ਹਾਂ ਕੋਲ ਪਰਸਨਲ ਬੈਨੀਫਿਟ ਮਿਲਦਾ, ਤੁਸੀਂ ਉਹਨਾਂ ਦੇ ਨਾਮ ਵੀ ਨਹੀਂ ਲੈਣਾ ਚਾਹੁੰਦੇ? ਮੈਂ ਚਾਹੁੰਦਾ ਤੁਸੀਂ ਇਹਨਾਂ ਤੋਂ ਹੀ ਪੁੱਛਿਓ ਕਿ ਇਹਨਾਂ ਨੂੰ ਕਿਉਂ ਹਟਾਉਂਦੇ ਹੋ ਔਰ ਉਹਨੂੰ ਕਿਉਂ ਪਾਉਂਦੇ ਹੋ ਟੀਮ 'ਚ ਬਾਰ-ਬਾਰ। ਨਹੀਂ, ਇਹਨਾਂ ਨੂੰ ਪੁੱਛੇ, ਲੋਕਾਂ ਨੂੰ ਤਾਂ ਪਤਾ ਚੱਲੇ ਨਾ ਵੀ ਕਿਹੜੇ ਇਹੋ ਜਿਹੇ ਪਲੇਅਰ ਹੈਗੇ ਆ ਜਿਨ੍ਹਾਂ ਨੂੰ ਇਹ ਬਾਰ-ਬਾਰ ਜਿਹੜੇ ਕਿ ਪਰਫਾਰਮ ਵਧੀਆ ਨਹੀਂ ਕਰ ਪਾ ਰਹੇ, ਜਿਹੜੇ ਫਿਟਨੈਸ ਟੈਸਟ 'ਚ ਵੀ ਪਾਸ ਨਹੀਂ ਹੋ ਪਾ ਰਹੇ, ਉਹਨਾਂ ਨੂੰ ਬਾਰ-ਬਾਰ ਖਿਲਾਇਆ ਜਾ ਰਿਹਾ, ਲੋਕਾਂ ਤੱਕ ਤਾਂ ਇੱਕ ਮੈਸੇਜ ਆਵੇ, ਉਹਨਾਂ ਦੇ ਨਾਮ ਕੀ ਹੈਗੇ ਤੁਸੀਂ ਕਮ ਸੇ ਕਮ ਲੋਕਾਂ ਦੇ ਸਾਹਮਣੇ ਆਣ। ਸਾਡੀ ਇਹੀ ਮੰਗ ਹੈ, ਕਿ ਅਸੀਂ ਚਾਹੁੰਦੇ ਹਾਂ ਵੀ ਜੋ ਲੀਜੀਬਲ ਹੈਗੇ ਆ ਉਹਨਾਂ ਨੂੰ ਤੁਸੀਂ ਕੱਢ ਕੇ, ਜਿਹੜਾਂ ਦਾ ਕੋਈ ਕ੍ਰਾਈਟੇਰੀਆ ਵੀ ਨਹੀਂ ਬਣ ਰਿਹਾ ਉਹਨਾਂ ਨੂੰ ਵੀ ਤੁਸੀਂ ਮੌਕਾ ਦੇ ਰਹੇ ਹੋ। ਜੇਕਰ ਇਹਨਾਂ ਨੂੰ ਤੁਸੀਂ ਕੱਢਿਆ ਤਾਂ ਕਿਸ ਗੱਲ ਕਰਕੇ ਕੱਢਿਆ? ਸਿਰਫ ਇਹੀ ਸਿੰਪਲ ਜਿਹਾ ਜਵਾਬ ਹੈ, ਇਹੀ ਤਾਂ ਸਾਡਾ ਮੁੱਦਾ, ਇਹੀ ਤਾਂ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਮਿਲੇ। 2 ਤਰੀਕ ਤੋਂ ਸਰ ਰਿਟਰਨ 'ਚ ਦਿੱਤਾ ਹੋਇਆ, ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ। ਮੇਲ ਅਸੀਂ ਕੀਤੀ ਹੋਈ ਹੈ 2 ਤਰੀਕ ਤੋਂ, ਸਰ ਸਾਨੂੰ ਜਵਾਬ ਦਿਓ, ਪਰ ਹਾਲੇ ਤੱਕ ਕੋਈ ਜਵਾਬ ਨਹੀਂ ਸਰ ਇਹਨਾਂ ਵੱਲੋਂ ਮਿਲਿਆ। ਅੱਛਾ, ਇੱਕ ਇਹ ਵੀ ਗੱਲ ਕੀਤੀ ਜਾ ਰਹੀ ਹੈ ਵੀ ਤੁਹਾਡੀ ਜਿਹੜੀ ਏਜ ਹੈ, ਏਜ ਕਰਕੇ ਤੁਹਾਨੂੰ ਬਾਹਰ ਕੱਢਿਆ ਜਾ ਰਿਹਾ, ਕਿਉਂਕਿ ਤੁਸੀਂ 32+ ਹੋ ਅਤੇ ਉਹ 32 ਤੱਕ ਦੇ ਜਿਹੜੇ ਖਿਲਾੜੀ ਆ ਉਹਨਾਂ ਨੂੰ ਲੈ ਰਿਹਾ, ਇਸ 'ਚ ਕਿੰਨੀ ਕੁ ਸੱਚਾਈ ਆ? 32 ਸਾਡੇ ਕੋਲ ਪ੍ਰੂਫ ਵੀ ਹੈਗਾ, ਇਹ ਕਹਿੰਦੇ ਕਿ ਆਪਣਾ ਅਸੀਂ 23-24 ਐਵਰੇਜ ਦੇਖ ਰਹੇ ਹਾਂ ਅਤੇ 32+ ਦੇ ਜਿਹੜੇ ਮੁੰਡੇ ਨੇ ਕੁਛ ਆਪਾਂ ਉਹਨਾਂ ਨੂੰ ਨਹੀਂ ਖਿਲਾ ਰਹੇ, ਅਤੇ ਜਿਹੜੇ ਪ੍ਰੋਫੈਸ਼ਨਲ ਇਹਨਾਂ ਨੇ ਲਿੱਤਾ ਉਹ ਵੀ 32+ ਹੈ, ਕੁਛ ਬਹੁਤ ਸਾਰੇ ਹੋਰ ਮੁੰਡੇ ਖੇਡ ਰਹੇ ਜਿਹੜੇ 32+ ਹੈ। ਇਹਨਾਂ ਨੇ ਮੇਰਾ ਟੀਮ 'ਚ ਵੀ ਨਾਮ ਸੀਗਾ, ਸਾਰਿਆਂ ਦਾ ਟੀਮ 'ਚ ਨਾਮ ਸੀਗਾ, ਇਹਨਾਂ ਨੇ ਇੱਕ ਰਾਤ ਪਹਿਲੇ ਸਾਨੂੰ ਟੀਮ 'ਚੋਂ ਕੱਢਤਾ। ਮੇਰੀ ਟੀ ਸ਼ਰਟ ਪਾ ਕੇ ਮੁੰਡਾ ਵੀ ਖੇਲ ਰਿਹਾ, ਦਿਖਾਣਾ ਲੈਟ ਵਾਲਾ ਲੈ ਕੇ, ਕੋਈ ਗੱਲ ਨਹੀਂ, ਲਾਈਵ ਤੁਹਾਡੀ ਟੀਮ ਪਾ, ਤੁਹਾਡੀ ਟੀ ਸ਼ਰਟ ਪਾ ਕੇ, ਕਿਉਂਕਿ ਉਹ ਟੀ ਸ਼ਰਟ ਬਣੀ ਹੋਈ ਆ ਤੁਹਾਡੇ ਨਾਮ ਤੋਂ ਬਣੀ ਹੋਈ ਆ। ਹਾਂ, ਉਹ ਮੁੰਡਾ ਲਾਈਵ ਮੈਚ ਮੇਰੀ ਨਾਮ ਦੀ ਟੀ ਸ਼ਰਟ ਪਾ ਕੇ ਖੇਲ ਰਿਹਾ ਹੈ, ਮੈਂ ਟੀਮ ਦਾ ਮੇਨ ਪਲੇਅਰ ਹਾਂ। ਇਹਨਾਂ ਨੇ ਆਪਣੇ ਪਰਸ, ਕਿਉਂਕਿ ਲਾਈਵ ਮੈਚ ਹੀ ਸੀਗੇ, ਜੇ ਮੈਂ ਪਰਫਾਰਮ ਕਰਦਾ ਇਸ 'ਚ ਅਤੇ ਇਹਨਾਂ ਨੂੰ ਬਾਹਰ ਕੱਢਣ ਦਾ ਕੋਈ ਰਸਤਾ ਨਹੀਂ ਸੀਗਾ। ਹੁਣ ਇਹਨਾਂ ਨੂੰ ਲੱਗਿਆ ਕਿ ਇਹ ਕੁਛ ਵੀ ਨਹੀਂ ਕਰਾਂਗੇ, ਲਾਸਟ ਈਅਰ ਵੀ ਇਹਨਾਂ ਨੇ ਸਾਨੂੰ ਐਡਾ ਹੀ ਕੱਢਿਆ ਸੀ, ਅਤੇ ਹੁਣ ਤਾਂ ਕਰਕੇ ਆਪਾਂ ਐਕਸ਼ਨ ਲਿੱਤਾ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਇੱਥੇ ਚੱਲ ਕੀ ਰਿਹਾ। ਮੇਰੀ ਹੱਥ ਜੋੜ ਕੇ ਬੇਨਤੀ ਹੈ BCCI ਨਾਲ ਵੀ ਅਤੇ ਤੁਹਾਡੇ ਨਾਲ ਵੀ ਕਿ ਇਹਨਾਂ ਦੇ ਉੱਤੇ ਆਪਣਾ ਇਹਨਾਂ ਉੱਤੇ ਜਾਂਚ ਹੋਏ ਅਤੇ ਸਾਰਾ ਕੁਝ ਜਿਹੜਾ ਇਹਨਾਂ ਦਾ ਸਟਾਫ ਹੈ ਸਾਰੇ ਦੇ ਉੱਤੇ ਜਾਂਚ ਹੋਏ। ਤੁਸੀਂ ਜੀ ਹਲੇ ਵੀ ਨਾਮ ਸ਼ੋਅ ਹੋ ਰਿਹਾ, ਦੇਖੋ ਦਵਿੰਦਰ ਸਿੰਘ ਟੀਮਾਂ 'ਚ ਹਲੇ ਵੀ ਨਾਮ ਸ਼ੋਅ ਹੋ ਰਿਹਾ ਸਾਡੇ ਫੈਨਕੋਟ 'ਤੇ, ਜਿਹੜੇ ਇਹਨਾਂ ਨੇ ਪਾਈ ਸੀਗੀ, ਆ ਸਾਰਾ ਪਰਫਾਰਮੈਂਸ ਹੈ, ਕੱਢ ਕੇ ਦੇਖ ਸਕਦੇ ਹੋ। ਅਸੀਂ ਇੱਥੇ ਖੜੇ ਹਾਂ, ਹਲੇ ਅਸੀਂ ਇੱਥੇ ਖੜੇ ਹਾਂ, ਲਓ ਸਾਰੂਲ ਭਾਈ ਦਾ ਵੀ ਨਾਮ ਹੈ, ਉਹ ਵੀ ਦਿਖਾ ਦਿੰਦੇ, ਆ ਲਓ ਸਾਰੂਲ ਕਨਵਰ।
हले भी नाम साढ़े शो हो रहे सानू क्यों नहीं रखा गया। मेरे फादर इन्हों गल कर पहला मैं अकेला गया मैनू कहते तुम कौन हो नाले मैं 2021-22 खेडा इन्हों चंडीगढ़ों विजय जारे ट्रॉफी है ना अगले साल तुम उही पूछ रहे हो कौन वो तो अगले साल मैं टैस्ट फेल हो गया सानू दोबारा मेल नहीं आई कदे कि दोबारा टैस्ट देना हो तो पास करो इस साल दोबारा मेल आ रही है जेडे मुंडे फेल हो रहे उन्होंने दोबारा मेल क्यों आ रही है और मेरे फादर गल कर कहते असी थोड़े नाल गल ही नहीं करनी मेरे फादर उपर चंडीगढ़ पुलिस है ASI है दिलबर सिंह नाम है उन्होंने उन्होंने भी गल नहीं करे कि होर कि गल कराइए जाके कितने कंप्लेन नहीं कर रहे कि गलबात करने की कोशिश नहीं की भी हाँ यार सानू क्यों कढ़िया जा रहा है जबकि साड़ी परफॉर्मेंस अच्छी हैगी है असी बेस्ट प्लेयर च हैगे हैं रणजी प्लेयर हैं IPL असी खेल चुके हैं कितना कितने तुसी गल की होनी है उस टाइम उन्होंने की रवैया सी असी इन्हों जाके नैक्सट डे इन्होंने जाके गल की मैं सीनियर प्लेयर IPL खेल चुके हैं ये इन्नी डिसरिस्पैक्ट करते हैं पहले तो मिलते नहीं जो इन्हों मिलो तो मतलब पुट्टी सीधा गल करते हैं वो गल करो वाल गल करो सीधे जवाब नहीं देंगे बिल्कुल भी ठीक है मतलब इदा लगता है कि जिदा आप फस्ट टाइम खेडन आए हैं क्रिकेट मतलब कि 6-6 घंटे बिठा के रखते हैं पूरा पूरे दिन कोई जवाब नहीं देंगे लास्ट ईयर भी आप मेल्स भी की उन्होंने जवाब हाली तक नहीं आया साढ़े को जे UTCA प्रधान है वो संजय टंडन जी है संजय टंडन एक पोलिटिकल बैकग्राउंड तो बिलोंग करते हैं वो चंडीगढ़ इलेक्शन भी लड़ना चाहते हैं छोटी उन्होंने भी कोई मीटिंग हुई इस मामले को लैके दो दिन बाद इन्होंने संजय टंडन सर आए थे उन्होंने सानू बिठाया साढ़े नाल गल की सानू कोई भी सैटिस्फाई आंसर नहीं मिले ता करके असं इतने हैं इन्होंने उन्होंने ये किया कि तुम वेट करो मैं डिस्कस करके गल करदा वो घंटे दो घंटे बाद इन्होंने अपनी साइड पर पाता कि फाइनल स्क्वाड्स ऑफ UTCA मतलब साढ़े नाल गल करन तो बाद भी इन्होंने साढ़े नाल ये किया। अच्छा हुण सानू की लगता है मतलब थोड़ा की अगे की रहेगा BCCI नू कंप्लेंट करोगे कोर्ट जाओगे या की अगे की मन की बनाया जो चीज़ पॉसीबल होगी अपने हक वास्ते आप करेंगे साड़ी दरखास्त भी है BCCI तो इतने बहुत ज़्यादा करप्शन चल रही है मैं हाथ जोड़ के बेनती करदा तुसी इस मामले एक बार गौर करो तो अपनी जाँच बिठाओ इतने सारे स्टाफ उत्ते थैंक यू सो मच। ये राहुल कन्वर जी जेडे कि IPL खेल चुके हैं और तुसी देखो रणजी प्लेयर है गया पर इन्हों टीम तो बाहर कर दिता गया जिसका इन्हों बड़ा मलाल हैगा और उस मामले को लैके UTCA को भी गए उन्होंने प्रधान को भी मिले पर यह मामला जड़ा हाले तक सॉल्ड आउट नहीं होया उन्हों का कहना है कि वह इस मामले को लैके BCCI भी जाएंगे और हो सकया तो कोर्ट का भी दरवाजा खटखटाएंगे। मैं दिनेश गोयल कैमरामैन सुमित के नाल दैनिक सवेरा TV चंडीगढ़ तो।